ਪਿਆਰੀ ਸਾਧ ਸੰਗਤ ਜੀ, ਇਹ ਉਹ ਜਗ੍ਹਾ ਆ ਜਿੱਥੇ ਪਿਛਲੇ ਦਿਨੀ ਕੁਝ ਦੁਸ਼ਟ ਲੋਕਾਂ ਵੱਲੋਂ ਸਿੰਘ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ ਤੇ ਉਸਦੇ ਨਾਲ ਕੁੱਟਮਾਰ ਕੀਤੀ ਗਈ। ਕੱਲੇ ਨੂੰ ਦੇਖ ਕੇ ਕੱਲੇ ਸ਼ੇਰ ਨੂੰ ਵੀ ਗਿੱਦੜਾਂ ਨੇ ਘੇਰਿਆ, ਵੀ ਗਿੱਦੜਾਂ ਨੇ ਕੱਲੇ ਸ਼ੇਰ ਦਾ ਸ਼ਿਕਾਰ ਕੀਤਾ। ਜੇ ਉਹਨਾਂ ਦੇ ਦੂਜੀ ਬੇਨਤੀ, ਅੱਜ ਤੇ ਸਾਰਾ ਖਾਲਸਾ ਪੰਥ ਇਕੱਠਾ ਹੋਇਆ, ਬੜੀ ਖੁਸ਼ੀ ਵਾਲੀ ਗੱਲ ਆ। ਜਿਨ੍ਹਾਂ ਦੇ ਸਿਰਾਂ ਤੇ ਦਸਤਾਰਾਂ ਨਹੀਂ, ਉਹ ਵੀ ਅੱਜ ਇੱਥੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ, ਜੇ ਕੋਈ ਉਹਨਾਂ ਨੂੰ ਮੈਸੇਜ ਲਾ ਸਕਦਾ ਜਾਂ ਉਹਨਾਂ ਤੱਕ ਸੁਨੇਹਾ ਪਹੁੰਚਾ ਸਕਦਾ ਸਾਡਾ, ਵੀ ਅੱਜ ਸਾਰਾ ਖਾਲਸਾ ਪੰਥ ਇੱਥੇ ਇਕੱਠਾ ਹੋਇਆ। ਜੇ ਤੁਹਾਡੇ ਕਿਸੇ 'ਚ ਜ਼ੁਰਤ ਹੈ ਜਾਂ ਕਿਸੇ ਇੱਕ ਮਾਂ ਦੇ ਜਾਏ ਹੋ ਜਾਂ ਇੱਕ ਆਪਣੀ ਮਾਂ ਦਾ ਸੁੱਤਾ ਦੁੱਧ ਚੁੰਘਿਆ ਤੁਸੀਂ, ਤਾਂ ਜਾ ਜਾਓ ਇੱਥੇ ਖੜੇ ਆ, ਸਾਰੇ ਦਸਤਾਰਾਂ ਸਾਡੀਆਂ ਲਾ ਕੇ ਦਿਖਾਓ। ਦੂਜੀ ਬੇਨਤੀ, ਪ੍ਰਸ਼ਾਸਨ ਨੇ ਕਹਿਣਾ ਵੀ ਕਰਮ ਭੜਕਾਊ ਪ੍ਰਚਾਰ ਕਰਦੇ ਆ, ਸਿੱਖ ਕਦੀ ਕਿਸੇ ਦੀ ਬੇਅਦਬੀ ਨਹੀਂ ਕਰਦਾ। ਜੇ ਕਿਸੇ ਦੀ ਟੋਪੀ ਲਏ ਸਾਨੂੰ ਓਨਾ ਦਰਦ ਹੁੰਦਾ, ਜੇ ਕਿਸੇ ਦੀ ਦਸਤਾਰ ਲਏ ਸਾਨੂੰ ਓਨਾ ਹੀ ਦਰਦ ਹੁੰਦਾ, ਪਰ ਜਦੋਂ ਸਾਡੇ ਨਾਲ ਧੱਕੇਸ਼ਾਹੀ ਹੁੰਦੀ ਆ ਉਦੋਂ ਹੁਣ ਬਰਦਾਸ਼ਤ ਤੋਂ ਬਾਹਰ ਆ। ਉਹਨਾਂ ਨੂੰ ਇੱਥੇ ਨੰਬਰ ਵੀ ਦੱਸ ਕੇ ਜਾਵਾਂਗੇ, ਜੇ ਉਹਨਾਂ ਦੇ ਦਿਲ 'ਚ ਕੋਈ ਕਹਿਣਾ ਵੀ ਬਾਅਦ 'ਚ ਆ ਕੇ, ਕਿਉਂਕਿ ਇਹਨਾਂ ਦਾ ਕੰਮ ਹੈ ਬਾਹਰ ਚਾਰ ਕਾ ਕੇ ਤੇ ਸਲਾਰੂ ਜੇ ਵੀਡੀਓ ਬਣਾ ਕੇ ਪਾ ਦੇਣਗੇ ਜੀ, ਇੱਥੇ ਤਾਂ ਹੈ ਹੀ ਨਹੀਂ ਕੋਈ। ਉਹਨਾਂ ਨੂੰ ਨੰਬਰ ਵੀ ਦਿੰਦੇ ਹਾਂ, 95924-3974-9174-24823, ਜਦੋਂ ਮਰਜ਼ੀ ਰਾਂਝਾ ਰਾਜੀ ਕਰ ਲਓ ਇਹਨਾਂ ਨੰਬਰਾਂ ਤੇ ਫੋਨ ਕਰਕੇ। ਖੁੱਲ੍ਹਾ ਚੈਲੰਜ ਆ, ਖੁੱਲ੍ਹਾ ਸਿੱਧਾ, ਕਿਸੇ ਧਰਮ ਦੇ ਵਿਰੁੱਧ ਨਹੀਂ, ਕਿਸੇ ਜਾਤ ਦੇ ਵਿਰੁੱਧ ਨਹੀਂ, ਕਿਸੇ ਫਿਰਕੇ ਦੇ ਵਿਰੁੱਧ ਨਹੀਂ, ਪਰ ਜਿਹੜਾ ਦਸਤਾਰ ਨੂੰ ਹੱਥ ਪਾਊਗਾ ਵੀਰੋ, ਹੁਣ ਨਹੀਂ ਬਖਸ਼ਣਾ, ਕਿਸੇ ਕੀਮਤ ਤੇ ਨਹੀਂ ਬਖਸ਼ਣਾ, ਜੋ ਮਰਜ਼ੀ ਹੋ ਜਾਵੇ। ਅੱਗੇ 2.5 ਲੱਖ ਨੌਜਵਾਨ ਸ਼ਹੀਦ ਹੋ ਗਿਆ, ਪੰਥਾਂ 'ਚ ਫਿਰ ਜੋ ਬਣਦੇ ਆ ਤੇ ਜੋ ਚਾਰ ਹੋਰ ਸ਼ਹੀਦ ਹੋ ਜਾਣਗੇ ਕੋਈ ਪਰਵਾਹ ਨਹੀਂ, ਪਰ ਦਸਤਾਰ ਦੀ ਬੇਅਦਬੀ ਵਾਲਾ ਹੁਣ ਕੋਈ ਨਹੀਂ ਛੱਡਣਾ। ਇਹ ਆਪਣੇ ਦਿਲ ਦੇ ਵਿੱਚ ਤਹੀਆ ਕਰ ਲਓ, ਜਿਹੜਾ ਦਸਤਾਰ ਨੂੰ ਹੱਥ ਪਾਉਂਦਾ ਗੁੱਟ ਲਾ ਦਿਓ ਜੜੋ ਹੀ, ਇੱਕ ਤਾਂ ਗੁੱਟ ਲੱਥਿਆ ਹੋਊਗਾ ਦੁਬਾਰੇ ਕੋਈ ਹੱਥ ਨਹੀਂ ਪਾਊਗਾ। ਅੱਜ ਇੱਥੇ ਸਮੁੱਚਾ ਖਾਲਸਾ ਪੰਥ ਇਕੱਠਾ ਹੋਇਆ, ਸਭ ਤੋਂ ਵੱਡੀ ਗੱਲ ਮਾਈ ਭਾਗੋ ਦੀ ਵਾਰਸ ਇਹ ਭੈਣ ਸਾਡੇ ਇਸ ਮੋਰਚੇ ਦੇ ਵਿੱਚ ਸ਼ਾਮਲ ਆ। ਅੱਜ ਬੰਗਿਆਂ ਦੀ ਸ਼ਹਿਰ ਦੀਆਂ ਸੜਕਾਂ ਦੇ ਉੱਪਰ ਨੌਜਵਾਨਾਂ ਨੇ ਜੋ ਮਾਰਚ ਕੀਤਾ, ਉਹਨਾਂ ਇਸ ਬੁੱਚੜਾਂ ਨੇ ਜੋ ਇੱਥੇ ਕੰਮ ਕੀਤਾ ਸੀ, ਉਹਨਾਂ ਨੂੰ ਇੱਥੇ ਚੈਲੰਜ ਵੀ ਕੀਤਾ ਤੇ ਦੁਬਾਰੇ ਨੰਬਰ ਵੀ ਦਿੱਤੇ ਆ। ਜੇ ਕੋਈ ਅਣਕ ਗਿਰਤ ਹੋਈ ਤਾਂ ਇੱਥੇ ਆ ਜਿਓ ਜਦੋਂ ਮਰਜ਼ੀ, ਸਮਾਂ ਤੁਹਾਡਾ, ਜਗ੍ਹਾ ਤੁਹਾਡੀ, ਸਾਰਾ ਕੁਝ ਤੁਹਾਡਾ। ਦੂਜੀ ਬੇਨਤੀ, ਅਗਲੀ ਵਾਰ ਨੂੰ ਅਸੀਂ ਕੋਈ ਧਰਨਾ ਨਹੀਂ ਲਾਉਣਾ, ਜਿਵੇਂ ਬਾਂਦਰਾਂ ਨੂੰ ਬਿਆਸ ਕਿਹਾ ਸੀ ਨਾ ਅਸੀਂ ਕੋਈ ਵੀਡੀਓ ਨਹੀਂ ਪਾਉਣੀ, ਕੁਛ ਨਹੀਂ ਕਰਨਾ, ਉਹੀ ਇੱਥੇ ਕਹਿੰਦੇ ਆ। ਅਗਲੀ ਵਾਰ ਨੂੰ ਅਸੀਂ ਕੋਈ ਧਰਨਾ ਨਹੀਂ ਲਾਉਣਾ, ਕੋਈ ਮੁਜ਼ਾਹਰਾ ਨਹੀਂ ਕਰਨਾ, ਸਿਰਫ ਤੇ ਸਿਰਫ ਗੁੱਟ ਵੱਢਣੇ। ਜਿਹੜੇ ਦਸਤਾਰਾਂ ਨਾਲ ਆ ਹੱਥਾਂ ਨਾਲ ਉਹ ਦਸਤਾਰਾਂ ਨਾਲ